ਚੁੱਲ੍ਹੇ ਮੂਹਰੇ ਰੋਟੀ ਖਾਣੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਨਵਿਆ ਕੌੜਾ ਹੈ ਅਤੇ ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹਾਂ। ਅਤੇ ਵਿਆਹ ਤੋਂ ਪਹਿਲਾਂ ਹੀ ਮੈਨੂੰ ਇਸ ਬਿਊਟੀ ਪੈਜੈਂਟ ਦੇ ਵਿੱਚ ਪਾਰਟੀਸਪੇਟ ਕਰਨ ਦਾ ਸ਼ੌਂਕ ਸੀ, ਜਿਹਦੇ ਵਿੱਚ ਮੈਂ ਜਿੱਤਦੀ ਵੀ ਸੀ, ਹਾਰਦੀ ਵੀ ਸੀ, ਪਰ ਕਦੀ ਰੁਕੀ ਨਹੀਂ। ਅਤੇ ਵਿਆਹ ਤੋਂ ਬਾਅਦ ਵੀ ਮੇਰੀ ਫੈਮਿਲੀ ਦੇ ਸਪੋਰਟ ਨਾਲ ਅੱਜ ਮੈਂ 99 ਐਂਟਰਟੇਨਮੈਂਟ ਟੀਮ ਵੱਲੋਂ ਔਰਗਨਾਈਜ਼ ਕੀਤਾ ਹੋਇਆ ਮਿਸਿਸ ਪੰਜਾਬ 2019 ਦੀ ਟੌਪ ਫਾਈਨਲਿਸਟ ਹਾਂ। ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਮੈਂ ਇੱਥੋਂ ਜਿੱਤ ਕੇ ਜਾਂਦੀ ਹਾਂ ਤਾਂ ਮੈਂ ਲੋਕਾਂ ਨੂੰ ਪੰਜਾਬੀਅਤ ਦੇ ਨਾਲ ਜੋੜਨਾ ਚਾਹੂੰਗੀ। ਮੈਨੂੰ ਇੰਨਾ ਲੱਗਦਾ ਇਹ ਪਲੈਟਫਾਰਮ ਇੰਨਾ ਵੱਡਾ ਹੈ ਕਿ ਜੇ ਮੈਂ ਕੱਲ੍ਹ ਨੂੰ ਕੁਛ ਬਣਦੀ ਹਾਂ ਤਾਂ ਮੈਨੂੰ ਲੋਕਾਂ ਨੂੰ ਆਪਣੀ ਪਹਿਚਾਣ ਨਹੀਂ ਦੇਣੀ ਪਊਗੀ। ਲੋਕ ਆਪਣੇ ਆਪ ਮੈਨੂੰ ਪਹਿਚਾਣਨਗੇ ਕਿ ਆਹ ਮਿਸਿਸ ਪੰਜਾਬ 2019 ਹੈ। ਅਤੇ ਮੈਨੂੰ ਲੱਗਦਾ ਕਿ ਇਸੇ ਕਾਰਨ ਲੋਕ ਮੈਨੂੰ ਫੋਲੋ ਵੀ ਕਰਨਗੇ ਅਤੇ ਮੇਰੇ ਜਿਹੜੇ ਥੋੜ੍ਹੇ ਆਈਡੀਆ ਨੇ ਜਿਹੜਾ ਮੈਂ ਲੋਕਾਂ ਨੂੰ ਪੰਜਾਬੀਅਤ ਨਾਲ ਜੋੜਨਾ ਚਾਹੁੰਦੀ ਹਾਂ ਉਹ ਮੇਰੇ ਲਈ ਪੋਸੀਬਲ ਹੋ ਪਾਏਗਾ। ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ 99 ਐਂਟਰਟੇਨਮੈਂਟ ਟੀਮ ਇੱਕ ਬਹੁਤ ਹੀ ਵੈਲ ਔਰਗਨਾਈਜ਼ਡ, ਇੱਕ ਸੁਲਝੀ ਹੋਈ ਟੀਮ ਹੈ ਅਤੇ ਜਿਹੜੀ ਸਾਡੇ ਸਾਰਿਆਂ ਨੂੰ ਸੈਲੈਬ੍ਰਿਟੀ ਵਾਲੀ ਫੀਲਿੰਗ ਦਿੰਦੀ ਹੈ। ਅਤੇ ਇਹ ਪਲੈਟਫਾਰਮ ਇੰਨਾ ਕੁ ਵਧੀਆ ਕਿ ਜਿਹੜਾ ਸਾਡਾ ਇੱਕ ਕਹਿ ਸਕਦੇ ਹਾਂ ਆਪਾਂ ਹਿਡਨ ਟੈਲੈਂਟ ਹੈ ਉਹਨੂੰ ਇਹਨਾਂ ਨੇ ਬਾਹਰ ਕੱਢਿਆ। ਅਤੇ ਹੁਣ ਮੈਂ ਇਹ ਕਹਿ ਸਕਦੀ ਹਾਂ ਕਿ ਜੇ ਆਪਾਂ 30 ਦੇ 30 ਇੱਥੇ ਹੈਗੇ ਹਾਂ ਤਾਂ ਸਾਰਿਆਂ ਵਿੱਚ ਇੰਨਾ ਕੁ ਕੋਨਫੀਡੈਂਸ ਆ ਕਿ ਆਪਾਂ ਬਿਨਾਂ ਤਿਆਰੀ ਤੋਂ ਵੀ ਆਵਾਂਗੇ ਅਤੇ ਕੁਛ ਨਾ ਕੁਛ ਵਧੀਆ ਹੀ ਕਰਕੇ ਜਾਵਾਂਗੇ। ਅੱਜ ਅਸੀਂ ਸਾਰੇ ਇੱਥੇ ਜਿੱਤ ਚੁੱਕੇ ਹਾਂ, ਪਰ ਚਲੋ ਠੀਕ ਹੈ, ਕਰਾਊਨ ਤਾਂ ਦੇਣ ਦੇ ਪੈਣਾ, ਬਟ ਮੈਨੂੰ ਇੱਦਾਂ ਲੱਗਦਾ ਕੋਈ ਜਿੱਤ ਕੋਈ ਹਾਰ ਨਹੀਂ,